ब्रॉडवे तुहाडे विदेश जाण दे सुपनियां नूं देवेगा हकीकत दी उड़ान। ਸਤਿ ਸ਼੍ਰੀ ਅਕਾਲ ਜੀ, ਮੈਂ ਤਰਿੰਦਰ ਸਿੰਘ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਸ਼ੋਅ ਦੇ ਵਿੱਚ ਤੁਹਾਡੇ ਸਾਰੇ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦਾ। ਸੋ ਹਰ ਇੱਕ ਦਿਨ ਨਵੀਂ ਕੋਸ਼ਿਸ਼ ਹੁੰਦੀ ਹੈ ਕਿ ਕੋਈ ਕੰਟਰੀ ਚੂਜ਼ ਕਰਕੇ ਤੁਹਾਡੇ ਨਾਲ ਉਹਦੀ ਰਿਗਾਰਡਿੰਗ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਜ਼ਰੂਰ ਸ਼ੇਅਰ ਕੀਤੀ ਜਾਵੇ ਕਿ ਜਦ ਕਦੀ ਵੀ ਤੁਸੀਂ ਆਪਣਾ ਟੂਰਿਜ਼ਮ ਦਾ ਪਲੈਨ ਬਣਾਓ ਆਪਣੀ ਫੈਮਿਲੀ ਦੇ ਨਾਲ, ਤੁਹਾਡੇ ਉਸ ਕੰਟਰੀ ਬਾਰੇ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਜ਼ਰੂਰ ਹੋਵੇ ਤਾਂ ਕਿ ਤੁਹਾਡਾ ਜਿਹੜਾ ਟਰੈਵਲ ਆ ਉਹ ਈਜ਼ੀ ਹੋ ਸਕੇ। ਸੋ ਅੱਜ ਦੇ ਸ਼ੋਅ ਦੇ ਵਿੱਚ ਮੈਂ ਅਗੇਨ ਦੁਬਾਰਾ ਸ਼ੈਨਿਗਨ ਕੰਟਰੀ ਬਾਰੇ ਹੀ ਗੱਲ ਕਰੂੰਗਾ। ਉਹਦੇ ਵਿੱਚ ਇੱਕ ਕੰਟਰੀ ਹੈ ਜੀ ਆਸਟ੍ਰੇਲੀਆ। ਸੋ ਆਸਟ੍ਰੇਲੀਆ ਦਾ ਜਿਹੜਾ ਆਫੀਸ਼ਲੀ ਨੇਮ ਹੈਗਾ ਦੀ ਰਿਪਬਲਿਕ ਆਫ ਆਸਟ੍ਰੇਲੀਆ। ਬਹੁਤ ਥੋੜ੍ਹੀ ਇਹਦੀ ਪਾਪੂਲੇਸ਼ਨ ਆ, ਨੀਅਰ ਅਬਾਊਟ 90 ਲੱਖ ਦੇ ਆਸ ਪਾਸ ਇਹਦੀ ਪਾਪੂਲੇਸ਼ਨ ਹੈਗੀ ਆ। ਇਹਦੇ ਵਿੱਚ ਜਿਹੜੀ ਲੈਂਗੁਏਜ ਆ ਉਹ ਜਰਮਨ ਯੂਜ਼ ਕੀਤੀ ਜਾਂਦੀ, ਬਟ ਇੰਗਲਿਸ਼ ਦੇ ਨਾਲ ਵੀ ਅਸੀਂ ਇੱਥੇ ਸਰਵਾਈਵ ਕਰ ਸਕਦੇ ਹਾਂ। ਇਹਦੇ ਵਿੱਚ ਜਿਹੜੀ ਕਰੰਸੀ ਆ ਉਹ ਯੂਰੋ ਚ ਹੁੰਦੀ ਆ, ਐਂਡ ਇਹਦੀ ਜਿਹੜੀ ਕੈਪੀਟਲ ਉਹ ਹੈਗੀ ਦਾ ਵਿਆਨਾ। ਨੀਅਰੈਸਟ ਜਿਹੜੀਆਂ ਕੰਟਰੀਆਂ ਲੱਗਦੀਆਂ ਉਹਦੇ ਵਿੱਚ ਸਾਡੇ ਕੋਲ ਆ ਜਾਂਦੀ ਹੈ ਸਰਬੀਆ, ਸਲੋਵੇਕੀਆ ਐਂਡ ਹੰਗਰੀ, ਐਂਡ ਉਸ ਤੋਂ ਬਾਅਦ ਸਵਿਟਜ਼ਰਲੈਂਡ। ਐਂਡ ਜਿਹਨਾਂ ਦਾ ਡਿਸਟੈਂਸ ਗਿਣਤੀ ਦਾ 300-400 ਕਿਲੋਮੀਟਰ ਦਾ ਹੈਗਾ। ਟੂਰਿਜ਼ਮ ਬਹੁਤ ਅਟਰੈਕਟ ਹੁੰਦਾ ਬਿਕੋਜ਼ ਆਸਟ੍ਰੇਲੀਆ ਦੇ ਵਿੱਚ ਜਿਹੜੀ ਵਿਆਨਾ ਸਿਟੀ ਆ ਉਹਦੀ ਰਾਜਧਾਨੀ ਆ, ਬਟ ਬਹੁਤ ਵੱਡੀ ਸਿਟੀ ਆ। ਉੱਥੇ ਤੁਹਾਨੂੰ ਬਹੁਤ ਸਾਰੇ ਹਿਸਟੋਰੀਕਲ ਪਲੇਸਿਸ ਮਿਲਣਗੇ ਜਿਹੜੇ ਰਾਜੇ ਮਹਾਰਾਜਾ ਦੇ ਟਾਈਮ ਦੇ ਕਿਲੇ ਬਣੇ ਹੋਏ ਸੀ। ਉਹਦੇ ਵਿੱਚ ਇੱਕ ਹਾਫਬਰਗ ਸਿਟੀ ਆ ਜਿਹਦੇ ਵਿੱਚ ਇੱਕ ਕਿਲ੍ਹਾ ਦਾ ਜ਼ਰੂਰ ਆ, ਜਿਹਦੇ ਵਿੱਚ 2600 ਰੂਮ ਨੇ। ਉਹ ਆਪਣੇ ਆਪ 'ਚ ਇੱਕ ਬਹੁਤ ਅਟਰੈਕਸ਼ਨ ਭਰਿਆ ਰੂਮ ਹੈਗਾ। ਉਸ ਤੋਂ ਬਾਅਦ ਅਗਰ ਤੁਸੀਂ ਘੋੜਿਆਂ ਦਾ ਸ਼ੌਕ ਰੱਖਦੇ ਹੋ, ਅਗਰ ਤੁਸੀਂ ਘੋੜ ਸਵਾਰੀ ਕਰਨਾ ਚਾਹੁੰਦੇ ਹੋ, ਅਗਰ ਤੁਸੀਂ ਤਰ੍ਹਾਂ ਤਰ੍ਹਾਂ ਦੇ ਘੋੜੇ ਦੇਖਣਾ ਚਾਹੁੰਦੇ ਆ, ਤਾਂ ਜੀ ਆਸਟ੍ਰੇਲੀਆ ਦੇ ਵਿੱਚ ਦਾ ਸਪੈਨਿਸ਼ ਰਾਈਡਿੰਗ ਸਕੂਲ ਇੱਕ ਵਰਗੀ ਲੋਕੇਸ਼ਨ ਆ ਜਿੱਥੇ ਬਹੁਤ ਤਰੀਕਿਆਂ ਦੇ ਘੋੜੇ ਹੈਗੇ ਨੇ। ਉਸ ਤੋਂ ਬਾਅਦ ਹੈਗੀ ਆ ਜਾਂ ਕ੍ਰਿਮੀਨਲ ਐਚੇ, ਬਹੁਤ ਲੰਮਾ 380 ਮੀਟਰ ਤੱਕ ਦਾ ਵਾਟਰਫਾਲ ਆ ਜਿਹਦਾ ਪੂਰਾ ਏਰੀਆ 45% ਗ੍ਰੀਨ ਜ਼ੋਨ ਦੇ ਨਾਲ ਕਵਰ ਹੋਇਆ। ਆਪਣੇ ਆਪ 'ਚ ਬਹੁਤ ਅਟਰੈਕਸ਼ਨਸ ਕੰਟਰੀ ਆ, ਬਹੁਤ ਸਾਰਾ ਆਪਣੇ ਆਪ 'ਚ ਟਰੈਕ ਲੈ ਕੇ ਬੈਠੀ ਹੈ ਇੱਕ ਕੰਟਰੀ। ਇਹਦਾ ਵੀਜ਼ਾ ਸ਼ੋਰਟ ਟਰਮ ਹੁੰਦਾ, 3-6 ਮਹੀਨੇ ਤੱਕ ਦਾ ਇਹਦਾ ਵੀਜ਼ਾ ਹੁੰਦਾ। ਤੁਸੀਂ ਇਹਦਾ ਵੀਜ਼ਾ ਔਨਲਾਈਨ ਵੀ ਅਪਲਾਈ ਕਰ ਸਕਦੇ ਹਾਂ, ਬਟ ਕੰਡੀਸ਼ਨ ਸਾਡੇ ਕੋਲ ਸਾਡਾ ਬੈਂਕ ਪਰੂਫ ਹੋਵੇ, ਜੈਨੂਇਨ ITR ਹੋਣ ਸਾਡੇ ਕੋਲ, ਬੈਂਕ ਸਪੋਰਟਿੰਗ ਡਾਕੂਮੈਂਟਸ ਹੋਣ ਸਾਡੇ ਕੋਲ, ਉਸ ਤੋਂ ਬਾਅਦ ਸਪੋਂਸਰ ਹੋਵੇ, ਸਪੋਂਸਰ ਨਹੀਂ ਹੈ ਤਾਂ ਸਾਡੇ ਕੋਲ ਹੋਟਲ ਬੁਕਿੰਗ ਹੋਵੇ, ਉਸ ਤੋਂ ਬਾਅਦ ਉਹ ਬਕਾਇਦਾ ਪੇਡ ਹੋਵੇ, ਸਾਡੇ ਕੋਲ ਏਅਰ ਟਿਕਟ ਕੰਫਰਮੇਸ਼ਨ ਹੋਣ, ਇਸ ਚੀਜ਼ਾਂ ਦੇ ਨਾਲ ਅਸੀਂ ਇਹਦਾ ਵੀਜ਼ਾ ਅਪਲਾਈ ਕਰ ਸਕਦੇ ਹਾਂ। ਅਗਰ ਤੁਹਾਨੂੰ ਹੋਰ ਵੀ ਕਿਸੇ ਕੰਟਰੀ ਬਾਰੇ ਇਨਫੋਰਮੇਸ਼ਨ ਚਾਹੀਦੀ ਆ, ਲਾਈਕ ਕਿਸੇ ਕੈਨੇਡਾ ਜਾਂ USA ਜਾਂ UK ਦੇ ਬਾਰੇ, ਤੁਸੀਂ ਸਾਡੀ ਟੀਮ ਦੇ ਨਾਲ ਕੋਂਟੈਕਟ ਕਰ ਸਕਦੇ ਹੋ। ਸਾਡਾ ਹੈਲਪਲਾਈਨ ਨੰਬਰ ਹੈਗਾ ਜੀ 76965 76965। ਅੱਜ ਦੇ ਲਈ ਇੰਨਾ ਹੀ, ਮੈਨੂੰ ਦੋ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।